ਸ਼ਸ਼ੀਕਾਲ ਬੱਚਿਓ ਅੱਜ ਫਿਰ ਹਾਜ਼ਰ ਹਾਂ ਮੈਂ ਅਗਲੀ ਵੀਡੀਓ ਲੈ ਕੇ ਤੇ ਪਿਛਲੀ ਵੀਡੀਓ ਵਿੱਚ ਆਪਾਂ ਕੀਤਾ ਸੀ ਸਵਰ ਪੰਜਾਬੀ ਵਿਆਕਰਨ ਦਾ ਤੇ ਅੱਜ ਆਪਾਂ ਕਰਾਂਗੇ ਲਗਾ ਠੀਕ ਹੈ ਜੀ ਵੀ ਕਿਹੜੀਆਂ-ਕਿਹੜੀਆਂ ਲਗਾ ਹਨ ਜੋ ਕਿ ਸਵਰਾਂ ਨਾਲ ਲੱਗਦੀਆਂ ਹਨ ਉਹ ਲਗਾ ਕਰਾਂਗੇ ਆਪਾਂ ਚਲੋ ਕਰਦੇ ਹਾਂ ਉਹ ਚਿੰਨ ਜਿਹੜੇ ਅੱਖਰਾਂ ਨਾਲ ਲੱਗ ਕੇ ਉਹਨਾਂ ਦੇ ਉਚਾਰਨ ਵਿੱਚ ਮਦਦ ਕਰਦੇ ਹਨ ਉਹਨਾਂ ਨੂੰ ਲਗਾ ਕਹਿੰਦੇ ਹਨ ਪੰਜਾਬੀ ਵਿੱਚ ਆਪਾਂ ਲਗਾ ਕਹਿੰਦੇ ਆ ਤੇ ਹਿੰਦੀ ਵਿੱਚ ਕੀ ਕਹਿੰਦੇ ਆ ਇਹਨਾਂ ਨੂੰ ਮਾਤਰਾਵਾਂ ਲਗਾ ਦਾ ਪ੍ਰਯੋਗ ਅੱਖਰਾਂ ਦੇ ਨਾਲ ਹੀ ਹੁੰਦਾ ਹੈ ਤੇ ਅੱਖਰਾਂ ਤੋਂ ਬਿਨਾ ਲਗਾ ਦਾ ਕੋਈ ਮਹੱਤਵ ਨਹੀਂ ਹੈ ਗੁਰਮੁਖੀ ਲਿਪੀ 'ਦਿਆਂ 10 ਲਗਾ ਹਨ ਜਿਨ੍ਹਾਂ ਦਾ ਵਰਣਨ ਪੇਠਾਂ ਦੇ ਪੇਠਾ ਰੀਖੇ ਅਨਸਾਰ ਹੈ ਸਾਡੀ ਜਿਹੜੀ ਗੁਰਮੁਖੀ ਲਿਪੀ ਆ ਉਹਦੇ ਵਿੱਚ ਸਾਡੀਆਂ 10 ਲਗਾ ਹਨ 10 ਮਾਤਰਾਵਾਂ ਹਨ ਜਿਹੜੀਆਂ ਕਿ ਸਾਰੇ ਹੀ ਵਿਅੰਜਨਾਂ ਤੇ ਸਵਾਰਾਂ ਨਾਲ ਲੱਗਦੀਆਂ ਹਨ ਤੇ ਆਓ ਆਪਾਂ ਕਰਦੇ ਹਾਂ ਲਗਾ ਕਿਹੜੀ-ਕਿਹੜੀਆਂ ਹਨ ਲਗਾ ਦੇ ਨਾਮ ਲਗਾ ਦੇ ਚਿੰਨ ਤੇ ਸਵਰ ਤੁਨੀ ਇਹ ਕਿਹੜੀ ਕਿਹੜੀ ਸਵਰਾਂ ਨਾਲ ਲੱਗਦੇ ਹਨ ਤੇ ਲੱਗ ਕੇ ਇਹਨਾਂ ਦੀ ਜਿਹੜੀ ਆਵਾਜ਼ ਹੈ ਉਹ ਕਿਦਾਂ ਬਣਦੀ ਹੈ ਇਹ ਆਪਾਂ ਪੜਾਂਗੇ ਪਹਿਲੀ ਹੈ ਜੀ ਮੁਕਤਾ ਮੁਕਤਾ ਦਾ ਜਿਹੜਾ ਹੈ ਕੋਈ ਵੀ ਚਿੰਨ ਨਹੀਂ ਹੁੰਦਾ ਠੀਕ ਹੈ ਜੀ ਇਸ ਨੂੰ ਆਪਾਂ ਬਿਨਾਂ ਕਿਸੇ ਲਗਾ ਤੋਂ ਲਿਖ ਸਕਦੇ ਹਾਂ ਤੇ ਜਿਹੜਾ ਇਸ ਦਾ ਮੇਨ ਅੱਖਰ ਹੈ ਉਹ ਐਡਾ ਹੈ ਅ ਦੀ ਆਵਾਜ ਆ ਜਾਂਦੀ ਹੈ ਤੇ ਇਹਦੇ ਨਾਲ ਮੁਕਤਾ ਨਾਲ ਜਿਵੇਂ ਜੱਜਾ ਨੰਨਾ ਮੰਮਾ ਜਨਮ ਠੀਕ ਹੈ ਜੀ ਮੰਮਾ ਟੈਂਕਰ ਆਰਾ ਮਟਰ ਕੱਗਾ ਰਾਰਾ ਘਰ ਚਚਾ ਲੱਲਾ ਚੱਲ ਇਹ বিনা ਲਗਾ ਤੋਂ ਵਰਤੇ ਗਏ ਜਿਹੜੇ ਅੱਖਰ ਹਨ ਤੇ ਇਸ ਕਰਕੇ ਕੀ ਹੈ ਇਹ ਮੁਕਤਾ ਮੁਕਤਾ ਲਗ ਹੁੰਦੀ ਹੈ ਇਹ ਤੇ ਦੂਜੀ ਹੈ ਜੀ ਕੰਨਾ ਕੰਨਾ ਜਿਹੜੀ ਹੈ ਉਹਦੇ ਨਾਲ ਆ ਦੀ ਆਵਾਜ਼ ਆ ਜਾਂਦੀ ਹੈ ਐੜੇ ਨੂੰ ਕੰਨਾ ਆ ਜਿਹੜਾ ਕੰਨਾ ਹੈ ਉਹਦੇ ਨਾਲ ਆ ਦੀ ਆਵਾਜ਼ ਆਉਂਦੀ ਹੈ ਜਿਵੇਂ ਕਿ ਐੜੇ ਨੂੰ ਕੰਨਾ ਆ ਸਸਾ ਆਸ ਪਪੇ ਨੂੰ ਕੰਨਾ ਪਾ ਸਸਾ ਪਾਸ ਠੀਕ ਹੈ ਜੀ ਐੜੇ ਨੂੰ ਕੰਨਾ ਆ ਦ ਦਰ ਆ ਰਾ ਆਦਰ ਚਾਦਰ ਠੀਕ ਹੈ ਜੀ ਇਸ ਤਰ੍ਹਾਂ ਜਿਹੜੇ ਸ਼ਬਦ ਨੇ ਉਹ ਕੰਨਾ ਦੀ ਮਾਤਰਾ ਨਾਲ ਬੰਦੇ ਹਨ ਤੀਜੇ ਨੰਬਰ ਤੇ ਸਿਹਾਰੀ ਸਿਹਾਰੀ ਜਿਹੜੀ ਹੈ ਹਿੰਦੀ ਵਿੱਚ ਆਪਾਂ ਇਸ ਨੂੰ ਛੋਟੀ ਈ ਦੀ ਮਾਤਰਾ ਬੋਲਦੇ ਹਾਂ ਤੇ ਇਹ ਕੀ ਹੈ ਛੋਟਾ लघु स्वर च आँदी है साड़ी छोटे स्वर च यानी कि इस दिखण की अखर छोटी आवाज आँगी है जिमें सिहारी उपर अद्धा कक्का एक मम्मे सिहारी मी लला मिल सिहारी लला दिल ठीक है जी ये की है ये तीजा अपना स्वर है लग है सिहारी चौथे नंबर पर है बिहारी ਬਿਹਾਰੀ ਜਿਹੜੀ ਹੈ ਇਹ ਦੀर्घ स्वर ਹੈ ਇਸ ਦੇ ਨਾਲ ਕੀ ਹੈ ਅੱਖਰ ਦੇ ਨਾਲ ਜਦੋਂ ਲੱਗਦੀ ਹੈ ਇਹ ਤਾਂ ਇਸ ਦੀ ਲੰਬੀ ਆਵਾਜ਼ ਆ ਜਾਂਦੀ ਹੈ ਈ ਈ ਦੀਨ ਬਿਹਾਰੀ ਈ ਈ ਦੀਨ ਬਿਹਾਰੀ ਈ ਦੱਦਾ ਈ ਦ ਈ ਦੀਨ ਬਿਹਾਰੀ ਈ ਮਮਾ ਈਮ ਠੀਕ ਹੈ ਜੀ ਨੰਨੇ ਨੂੰ ਨਿਹ ਬਿਹਾਰੀ ਨੀ ਰਾਰਾ ਨੀਰ ਖੱਖੇ ਨੂੰ ਬਿਆਰੀ ਖੀਰ ਆ ਰਖੀਰ ਇਸ ਤਰ੍ਹਾਂ ਜਿਹੜੇ ਸ਼ਬਦ ਹਨ ਬਿਹਾਰੀ ਨਾਲ ਬੰਦੇ ਹਨ ਤੇ ਇਸ ਨਾਲ ਕੀ ਹੈ ਲੰਬੀ ਆਵਾਜ਼ ਆਂਦੀ ਹੈ ਅੱਗੇ ਹੈ ਜੀ ਔਂਕੜ ਔਂਕੜ ਹੋ ਜਾਂਦਾ ਸਾਡਾ ਛੋਟਾ ਊ ਜਿਵੇਂ ਹਿੰਦੀ 'ਚ ਹੁੰਦਾ ਤੇ ਇਸ ਨੂੰ ਕੀ ਹੈ ਇਸ ਨਾਲ ਵੀ ਛੋਟੀ ਆਵਾਜ਼ ਆ ਜਾਂਦੀ ਹੈ ਊ ਊੜੇ ਔਂਕੜ ਊ ਸਸਾ ਉਸ ਠੀਕ ਹੈ ਜੀ ਕੱਕੇ ਔਂਕੜ ਕੁਛ ਅੱਛਾ ਕੁਛ ਤੇ ਖੱਖੇ ਔਂਕੜ ਖੂ ਸਸਿਨ ਪਿਆਰ ਹਿੰਦੀ ਖੁਸ਼ ਇਸ ਤਰ੍ਹਾਂ ਉਹ ਛੋਟੇ ਉ ਦੀ ਆਵਾਜ਼ ਆ ਜਾਂਦੀ ਹੈ ਇਹਦੇ ਨਾਲ ਔਂਕੜ ਨਾਲ ਤੇ 6ਵੇਂ ਨੰਬਰ ਤੇ ਦੁਲੈਂਕੜ ਦੁਲੈਂਕੜ ਨਾਲ ਕੀ ਹੈ ਸਾਡੀ ਲੰਬੀ ਆਵਾਜ਼ ਆ ਜਾਂਦੀ ਹੈ ਦੀर्घ स्वर ਹੈ ਵੀ ਊੜੇ ਨੂੰ ਦੁਲੈਂਕੜ ਊ ਠਾ ਊਠ ਠੀਕ ਹੈ ਜੀ ਪੱਪੇ ਦੁਲੈਂਕੜ ਪੂ ਚੱਚਾ ਪੂਚ ਇਸ ਤਰ੍ਹਾਂ ਜਿਹੜੇ ਲੰਬੀ ਆਵਾਜ਼ ਵਾਲੇ ਅੱਖਰ ਹਨ ਉਹ ਉਹਨਾਂ ਦੇ ਨਾਲ ਕੀ ਹੈ ਦੁਲੈਂਕੜ ਦੀ ਵਰਤੋਂ ਹੁੰਦੀ ਹੈ ਅੱਗੇ ਆਜੀ 7ਵੇਂ ਨੰਬਰ ਤੇ ਲਾਂ ਲਾ ਜਿਹੜੀ ਹੈ ਇਹ ਈੜੀ ਨਾਲ ਲੱਗਦੀ ਹੈ ਠੀਕ ਹੈ ਜੀ ਤੇ ਇਸ ਦੇ ਨਾਲ ਕੀ ਹੈ ਸਾਡੀ ਇਹ ਵੀ ਇੱਕ ਛੋਟੀ ਆਵਾਜ਼ ਆ ਜਾਂਦੀ ਹੈ ਏ ਜਿਵੇਂ ਏ ਈੜੀ ਨੂੰ ਲਾਵਾ ਏ ਸਸਾ ਏ ਠੀਕ ਹੈ ਜੀ ਤੇ ਦਦੇ ਨੂੰ ਲਾਵਾ ਦੇ ਸਸਾ ਦੇਸ ਬੱਬੇ ਨੂੰ ਲਾਪੇ ਸਸਾ ਭੇਸ ਖਿਲਾਾਂ ਕੇਸ ਸਸ ਕੇਸ ਇਸ ਤਰ੍ਹਾਂ ਏ ਦੀ ਆਵਾਜ਼ ਆ ਜਾਂਦੀ ਹੈ ਜਿਹੜੇ ਅੱਖਰਾਂ ਨਾਲ ਇਹ ਲੱਗਦੀ ਹੈ ਲਾਂ ਅੱਗੇ ਹੈ ਦੁਲਾਵਾ ਦੁਲਾਵਾ ਹੈਗੀਆਂ ਜਿਹੜੀਆਂ ਦੋ ਡੰਡੀਆਂ ਹੈਗੀਆਂ ਅੱਖਰ ਦੇ ਉੱਪਰ ਪੈਂਦੀਆਂ ਹਨ ਤੇ ਇਹਦੇ ਨਾਲ ਕੀ ਹੈ ਏ ਦੀ ਆਵਾਜ਼ ਆ ਜਾਂਦੀ ਹੈ ਵੈਰ ਵਾਵੇਂ ਦੁਲਾਵਾ ਵੈਰ ਆਰਾ ਵੈਰ ਖੱਖੇ ਦੁਲਾਵਾ ਖੈਰ ਆਰਾ ਖੈਰ ਪਪੇਂ ਦੁਲਾਵਾ ਪੈਰ ਆਰਾ ਪੈਰ ਇਸ ਤਰ੍ਹਾਂ ਜਿਹੜੀ ਹੈ ਲਾਂ ਦੇ ਨਾਲ ਐ ਦੀ ਆਵਾਜ਼ ਆ ਜਾਂਦੀ ਹੈ ਅੱਗੇ ਨੌਵੇਂ ਅੱਖਰ ਨੌਵੀਂ ਜਿਹੜਾ ਲਗ ਹੈ ਉਹ ਕਿਹੜੀ ਹੈ ਸਾਡੀ ਹੋੜਾ ਹੋੜਾ ਹੋੜੇ ਦੇ ਨਾਲ ਔ ਦੀ ਆਵਾਜ਼ ਆ ਜਾਂਦੀ ਹੈ ਜਿਵੇਂ ਅੱਗੇ ਹੋੜਾ ਕੋੜਾ ਡਾਢ ਨੂੰਣਾੜਾ ਕੋੜਾ ਰਾਰੇ ਨੂੰ ਹੋੜਾ ਰੋੜਾ ਡਾਢ ਨੂੰਣਾੜਾ ਹੜਾ ਰੋੜਾ ਠੀਕ ਹੈ ਜੀ ਚੱਚੇ ਨੂੰ ਹੋੜਾ ਚੋਰ ਅਰਾ ਚੋਰ ਮੰਮੀ ਹੋੜਾ ਮੋਰ ਅਰਾ ਮੋਰ ਇਸ ਤਰ੍ਹਾਂ ਜਿਹੜੀ ਹੋੜਾ ਦੀ ਮਾਤਰਾ ਹੈ ਇਹ ਜਦੋਂ ਅੱਖਰ ਨਾਲ ਲੱਗਦੀ ਹੈ ਤਾਂ ਇਸ ਦੇ ਨਾਲ ਓ ਦੀ ਆਵਾਜ਼ ਆ ਜਾਂਦੀ ਹੈ ਠੀਕ ਹੈ ਜੀ ਅੱਗੇ ਆ ਗਿਆ ਆਪਣਾ ਕਨੌੜਾ ਕਨੌੜਾ ਹੈਗਾ ਇਹ ਓ ਓ ਦੀ ਮਾਤਰਾ ਜਿਹੜੀ ਹੈ ਜਿਸ ਅੱਖਰ ਨਾਲ ਲੱਗਦੀ ਹੈ ਉਹਦੇ ਨਾਲ ਕੀ ਹੈ ਓ ਦੀ ਆਵਾਜ਼ ਆ ਜਾਂਦੀ ਹੈ ਇਸ ਦੇ ਵੀ ਬਹੁਤ ਸਾਰੇ ਸ਼ਬਦ ਹਨ ਇਸ ਨਾਲ ਬਣਦੇ ਹਨ ਜਿਹੜੇ ਜਿਵੇਂ ਕਿ ਪੌਰ ਡੌਰ ਠੀਕ ਹੈ ਜੀ ਚੌਰ ਨੌੜਾ ਇਸ ਤਰ੍ਹਾਂ ਕੀ ਹੈ ਜਿਹੜੇ ਇਹ ਅੱਖਰ ਹਨ ਜਿਹੜੇ ਇਹ ਲੱਗ ਹੈ ਕਨੌੜਾ ਦੀ ਜਿਹੜੇ ਅੱਖਰ ਨਾਲ ਹੀ ਲੱਗਦੀ ਹੈ ਤਾਂ ਉਸ ਦੇ ਨਾਲ ਕੀ ਆਉਂਦੀ ਆਵਾਜ਼ ਆ ਜਾਂਦੀ ਹੈ ਤੇ ਇਹ ਸੀਗੀ ਆਪਣੀਆਂ ਲਗਾ ਠੀਕ ਹੈ ਜੀ ਤੇ ਅਗਲੀ ਵੀਡੀਓ ਵਿੱਚ ਆਪਾਂ ਇਹ ਲਗਾ ਜਿਹੜੀਆਂ ਸਵਾਰਾਂ ਤੇ ਵਿਅੰਜਨ ਨਾਲ ਕਿਸ ਤਰ੍ਹਾਂ ਵਰਤੀ ਜਾਂਦੀਆਂ ਹਨ ਉਹ ਕਰਾਂਗੇ ਤੇ ਠੀਕ ਹੈ ਜੀ ਇਹ ਜੇ ਤੁਹਾਨੂੰ ਵੀਡੀਓ ਮੇਰੀ ਸਮਝ ਆਈ ਹੋਵੇ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਧੰਨਵਾਦ